ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ। ਅਸੀਂ ਖੜ੍ਹੇ ਹਾਂ ਇਸ ਵੇਲੇ ਕਰਤਾਰਪੁਰ ਕੋਰੀਡੋਰ ਦੇ ਉੱਤੇ, ਜਿੱਥੇ ਕਿ ਜਿਹੜਾ ਭਾਰਤ ਪਾਕਿਸਤਾਨ ਦੇ ਵੱਲੋਂ ਜਿਹੜਾ ਦੋਵਾਂ ਦੇਸ਼ਾਂ ਦੀ ਪਹਿਲ ਤੋਂ ਬਾਅਦ ਜਿਹੜਾ ਰਸਤਾ ਖੁੱਲ੍ਹਣ ਜਾ ਰਿਹਾ। ਅਸੀਂ ਇਸ ਵੇਲੇ ਜਿਹੜੀ ਸੜਕ ਦੇ ਜਿਹੜੀ ਜ਼ਮੀਨ ਦੇ ਉੱਤੇ ਅਸੀਂ ਖੜ੍ਹੇ ਹਾਂ, ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਜ਼ਮੀਨ ਹੈ, ਇੱਥੇ ਕੁਛ ਸਮੇਂ ਦੇ ਬਾਅਦ, ਕੁਛ ਮਹੀਨਿਆਂ ਦੇ ਬਾਅਦ ਜਿਹੜੀ ਇੰਟੀਗ੍ਰੇਟਡ ਚੈੱਕ ਪੋਸਟ, ਜਿਹੜਾ ਕਿ ਕਰਤਾਰਪੁਰ ਕੋਰੀਡੋਰ ਦਾ ਰਸਤਾ ਜਿਹੜਾ ਖੁੱਲ੍ਹਣ ਜਾ ਰਿਹਾ, ਉਹ ਇੰਟੀਗ੍ਰੇਟਡ ਚੈੱਕ ਪੋਸਟ ਇਸ ਜਗ੍ਹਾ ਦੇ ਉੱਤੇ ਬਣੇਗੀ, ਅਤੇ ਜਿਹੜੇ ਸਿੱਖ ਸ਼ਰਧਾਲੂਆਂ ਦੇ ਅੰਦਰ ਜਿਹੜੀ ਚਾਹ ਆ ਕਰਤਾਰਪੁਰ ਸਾਹਿਬ ਜਾ ਕੇ ਮੱਥਾ ਟੇਕਣ ਦੀ, ਉਹ ਵੀ ਕਿਤੇ ਨਾ ਕਿਤੇ ਪੂਰੀ ਹੋ ਜਾਏਗੀ। ਅਤੇ ਜਿਹੜਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਉਹ ਜਿਹੜੇ ਖੰਭੇ ਲੱਗੇ ਹੋਏ ਨੇ, ਇਸ ਵਾਲੇ ਪਾਸੇ ਜਿਹੜੇ ਖੰਭੇ ਤੋਂ ਇੱਧਰਲੇ ਪਾਸੇ ਜਿਹੜੀ ਹੈ, ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨਾਲ ਲੱਗਦਾ ਜਿਹੜਾ ਰਸਤਾ ਆ, ਉਹ ਜਿਹੜਾ ਬਣਨ ਜਾ ਰਿਹਾ। ਪਿੱਲਰ ਤੁਹਾਨੂੰ ਵਿਖਾ ਦੇਵਾਂਗੇ ਕਿ ਪਿੱਲਰ ਦੇ ਉੱਤੇ ਜਿਹੜਾ ਜਿਹੜਾ NHAI ਦੇ ਵੱਲੋਂ ਜਿਹੜਾ ਇਹ ਰੋਡ ਜਿਹੜਾ ਬਣਾਇਆ ਜਾਣਾ ਆ, ਉਹ ਪਿੱਲਰ ਦੇ ਉੱਤੇ ਜਿਹੜਾ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਮਾਰਕਿੰਗ ਕੀਤੀ ਹੋਈ ਹੈ, ਜਿਸ ਹਿਸਾਬ ਦੇ ਨਾਲ ਵੀ ਜਿਹੜੇ ਉਹਨਾਂ ਨੇ ਕੋਡ ਵਰਡ ਥਰੂ ਜਿੱਦਾਂ ਵੀ ਕੁਛ ਲਿਖਣਾ ਹੈ। ਅਤੇ ਇਹ ਜਿਹੜਾ ਰਸਤਾ ਆ, ਮੈਂ ਸਾਹਮਣੇ ਤੁਹਾਨੂੰ ਵਿਖਾ ਦੇਣਾ ਚਾਹੁੰਦਾ ਕਿ ਇਹ ਜਿਹੜਾ ਰਸਤਾ ਆ, ਇੱਥੋਂ ਫਲਾਈਓਵਰ ਜਾਏਗਾ ਜਿਹੜਾ ਸਾਹਮਣੇ ਬਣੇਗਾ, ਅਤੇ ਤੁਸੀਂ ਬੰਦ ਦੇ ਉੱਤੇ ਜਿਹੜਾ ਫਲਾਈਓਵਰ ਬਣਾ ਦਿੱਤਾ ਜਾਏਗਾ ਜਿਹੜਾ NHAI ਦੇ ਵੱਲੋਂ, ਜਿਸ ਤੋਂ ਬਾਅਦ ਜਿਹੜਾ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਰਸਤਾ ਜਿਹੜਾ ਹੁਣ ਭਾਰਤ ਅਤੇ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਕੰਮ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਹਾਲਾਂਕਿ ਸਿਕਿਉਰਿਟੀ ਇਸ਼ੂ ਦੇ ਕਰਕੇ ਜਿਹੜਾ ਆਪਾਂ ਉੱਪਰ ਜਾ ਕੇ ਰਿਕਾਰਡਿੰਗ ਨਹੀਂ ਕਰ ਸਕਦੇ, ਜ਼ੀਰੋ ਲਾਈਨ ਦੇ ਉੱਤੇ ਮਸ਼ੀਨਾਂ ਚੱਲ ਰਹੀਆਂ ਨੇ, ਅਤੇ ਪਾਕਿਸਤਾਨ ਅਤੇ ਭਾਰਤ ਦੇ ਵਾਲੇ ਪਾਸਿਓਂ ਜ਼ੀਰੋ ਲਾਈਨ ਦੇ ਉੱਤੇ ਵੀ ਕੰਮ ਦੇ ਵਿੱਚ ਕਾਫੀ ਤੇਜ਼ੀ ਲਿਆ ਦਿੱਤੀ ਗਈ ਹੈ। ਤੁਸੀਂ ਵੇਖ ਸਕਦੇ ਹੋ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਕੰਮ ਆ, ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ, ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਟਰੈਕਟਰ ਦੇ ਨਾਲ ਜਿਹੜੀ ਰੋਡ ਬੰਨੀ ਆ, ਉਸ ਦੇ ਉੱਤੇ ਮਿੱਟੀ ਪਾਉਣ ਦਾ ਕੰਮ ਜਿਹੜਾ ਬੜੀ ਹੀ ਤੇਜ਼ੀ ਦੇ ਨਾਲ ਭਾਰਤ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਕਰਤਾਰਪੁਰ ਕੋਰੀਡੋਰ ਬਣਨ ਜਾ ਰਿਹਾ, ਉਸ ਨੂੰ ਲੈ ਕੇ ਚੱਲ ਰਿਹਾ। ਅਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਕੰਮ ਦੇ ਵਿੱਚ ਬਹੁਤ ਹੀ ਤੇਜ਼ੀ ਆ ਗਈ ਹੈ, ਅਤੇ ਆਉਣ ਵਾਲੀ ਜਿਹੜੀ 16 ਤਰੀਕ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਕਿ 2 ਅਪ੍ਰੈਲ ਨੂੰ ਮੀਟਿੰਗ ਹੋਣੀ ਸੀ, ਰੱਦ ਕਰ ਦਿੱਤੀ ਗਈ ਸੀ ਕਈਆਂ ਕਾਰਨਾਂ ਕਰਕੇ, ਜਿਹੜੀ ਕਿ ਹੁਣ 16 ਅਪ੍ਰੈਲ ਨੂੰ ਜਿਹੜੀ ਮੀਟਿੰਗ ਹੈ ਜਿਹੜੀ ਭਾਰਤ ਦੇ ਪਾਕਿਸਤਾਨ ਦੇ ਆਲਾ ਅਧਿਕਾਰੀਆਂ ਦੇ ਵਿੱਚ ਹੋਵੇਗੀ, ਜਿਸ ਦੇ ਵਿੱਚ ਫੈਸਲਾ ਲਿਆ ਜਾਏਗਾ ਕਿ ਕਿੰਨੇ ਕੁ ਜਿਹੜੇ ਸ਼ਰਧਾਲੂ ਨੇ ਅਤੇ ਹੋਰ ਵੀ ਕਿਹੜੇ ਕਿਹੜੇ ਜਿਹੜੇ ਕੰਮ ਹੋਣਗੇ ਜਿਹੜੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿਹੜੇ ਕੀਤੇ ਜਾਣੇ ਨੇ। 16 ਤਰੀਕ ਨੂੰ ਵਾਹਗਾ ਅਟਾਰੀ ਸਰਹੱਦ ਦੇ ਉੱਤੇ ਜਿਹੜੀ ਇਹ ਮੀਟਿੰਗ ਹੋਣ ਜਾ ਰਹੀ ਹੈ, ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲਏ ਜਾਣੇ ਨੇ। ਉਸ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਜਿਹੜਾ ਨੇਪਲੇ ਚਾੜਨ ਦਾ ਕੰਮ ਜਿਹੜਾ 19 ਨਵੰਬਰ ਤੋਂ ਪਹਿਲਾਂ ਜਿਹੜਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਜਿਹੜਾ ਮੁਕੰਮਲ ਕਰ ਲਿਆ ਜਾਏਗਾ, ਉਹ ਕਦੋਂ ਮੁਕੰਮਲ ਹੁੰਦਾ ਅਤੇ ਕਦੋਂ ਭਾਰਤ ਦੇ ਜਿਹੜੇ ਸਿੱਖ ਸ਼ਰਧਾਲੂ ਨੇ, ਗੁਰੂ ਨਾਨਕ ਨਾਮਲੇਵਾ ਜਿਹੜੇ ਲੋਕ ਨੇ, ਕਦੋਂ ਪਾਕਿਸਤਾਨ ਜਾ ਕੇ ਆਪਣੇ ਵਿਛੜੇ ਗੁਰੂ ਧਾਮ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਡੇਰਾ ਬਾਬਾ ਨਾਨਕ ਬਾਰਡਰ ਦੇ ਉੱਤੋਂ ਸਾਹਿਲ ਮਹਿਤਾ, ਸੰਪਾਦਕ ਦਿਵਿਆ ਪੰਜਾਬ TV।